ਲਾਲ ਸਿੰਘ ਕਲਸੀ ਦੀ ਪੁਸਤਕ ਨੀਲੀ ਦੀ ਅਗਲੀ ਕਹਾਣੀ ਹੈ ਪ੍ਰਤੀਕਰਮ ਵਿਆਹ ਦੇ ਪਹਿਲੇ ਦਿਨ ਹੀ ਸੋਨੀ ਨਾਲ ਰਾਜੂ ਦੀ ਮੁਲਾਕਾਤ ਹੋਈ ਮੁਲਾਕਾਤ ਵੀ ਕੀ ਸੋਨੀ ਨੇ ਘੁੰਡ ਚੱਕਿਆ ਸੰਜੀਵ ਨੇ ਆਪਣੇ ਦੋਸਤ ਰਾਜੂ ਦੀ ਜਾਣ ਪਛਾਣ ਕਰਾਈ ਦੋਹਾਂ ਨਮਸਤੇ ਕੀਤੀ ਅੱਖਾਂ ਮਿਲੀਆਂ ਤੇ ਪਹਿਲੀ ਤੱਕਣੀ ਨਾਲ ਹੀ ਜਿਵੇਂ ਬੜੇ ਚਿਰਾਂ ਦੇ ਗੁੱਝੇ ਹਾਵ ਭਾਵ ਤੇ ਸਭ ਕੁਝ ਪੜ ਗਏ ਸਭ ਕੁਝ ਸਮਝ ਗਏ ਰਾਜੂ ਅਜੇ ਤੱਕ ਕੁਵਾਰਾ ਹੀ ਸੀ ਪਰ ਜਵਾਨ ਵੀ ਸੀ ਬੇਸ਼ੱਕ ਉਸ ਅੰਦਰ ਕਦੀ ਵੀ ਕੋਈ ਅਨਸੁਖਾਵੀ ਹਰਕਤ ਜਾਂ ਸ਼ਰਾਰਤ ਨੇ ਜਨਮ ਨਹੀਂ ਸੀ ਲਿਆ ਪਰ ਅੱਜ ਸੋਨੀ ਦੀ ਪਹਿਲੀ ਤਕਣੀ ਨੇ ਜਿਵੇਂ ਕੋਈ ਜਾਦੂ ਢੋੜ ਦਿੱਤਾ ਸੀ ਕੋਈ ਸਵਾਲ ਉਸ ਅੰਦਰ ਪੈਦਾ ਕਰ ਦਿੱਤਾ ਸੀ ਕਿਹੜਾ ਸਵਾਲ ਇਹਦੀ ਸਮਝ ਰਾਜੂ ਨੂੰ ਵੀ ਨਹੀਂ ਸੀ ਉਹਨੇ ਜਲਦੀ ਵਹਿੰਦੇ ਦਿਲ دریا ਨੂੰ ਤੇ ਆਪਣੇ ਚਿਹਰੇ ਦੇ ਬਦਲਦੇ ਹਾਵ ਭਾਵਾਂ ਨੂੰ ਕਾਬੂ ਕਰਕੇ ਆਪਾਂ ਸੰਭਾਲਦਿਆਂ ਸੰਜੀਵ ਤੋਂ ਕਿਸੇ ਜ਼ਰੂਰੀ ਕੰਮ ਦਾ ਬਹਾਨਾ ਕਰਕੇ ਇਜਾਜ਼ਤ ਲੈ ਆਪਣੇ ਕਮਰੇ 'ਚ ਮੰंजे ਤੇ ਆਪਿਆ ਨਾ ਚਾਹੁੰਦੇ ਆ ਵੀ ਆਪਣੇ ਖਿਆਲਾਂ ਨੂੰ ਸੋਨੇ ਦੀ ਤਕਣੀ ਤੋਂ ਲੰਬੇ ਨਾ ਕਰ ਸਕਿਆ। ਉਹ ਮਾਨੀ ਮਨ ਸੰਜੀਵ ਤੇ ਸੋਨੇ ਦਾ ਆਪਸ ਵਿੱਚ ਮੁਕਾਬਲਾ ਕਰਨ ਲੱਗਾ। ਸੰਜੀਵ ਸਾਦਾ ਰੂੜੀਵਾਦੀ ਵਿਚਾਰਧਾਰਾ ਵਾਲਾ ਸੀ। ਮਾਮੂਲੀ ਜੀ ਗੱਲ ਤੇ ਉਹ ਕੱਪੜਿਆਂ ਤੋਂ ਬਾਹਰ ਹੋ ਜਾਂਦਾ। ਕਿਸੇ ਦੀ ਕੋਈ ਗੱਲ ਹਾਸਾ ਮਜ਼ਾਕ ਬਰਦਾਸ਼ਤ ਨਾ ਕਰਨਾ। ਫਿਲਮ ਸੰਗੀਤ ਮਨੋਰੰਜਨ ਤੋਂ ਉਹਨੂੰ ਸਖਤ ਨਫ਼ਰਤ। ਆਪਣੀ ਮਰਜ਼ੀ ਨਾਲ ਚੱਲਣ ਵਾਲਾ ਆੜੀਅਲ ਟੱਟੂ ਸੀ ਉਹ। ਔਰਤ ਜਾਤ ਤੋਂ ਉਹਨੂੰ ਨਫ਼ਰਤ ਸੀ ਜਾਂ ਉਹਦੇ ਆਪਣੇ ਅੰਦਰ ਕੋਈ ਖਾਮੀ ਸੀ। ਕੁਝ ਪਤਾ ਨਾ ਲੱਗਦਾ ਕਿਸੇ ਮਹਿਫਿਲ ਪਾਰਟੀ ਤੋਂ ਹਮੇਸ਼ਾ ਹੀ ਕਰਨੀ ਘਤਰੋਂਦਾ ਪੈਨਣ ਖਾਨ ਤੇ ਰਹਿਣ ਸਹਣ ਚ ਸਭ ਕੁਝ ਪੁਰਾਣਾ ਪਨ ਪਰ ਦੂਜੇ ਪਾਸੇ ਰਾਜੂ ਨੇ ਜਿਵੇਂ ਸੋਨੀ ਬਾਰੇ ਪਹਿਲੀ ਮੁਲਾਕਾਤ ਤੇ ਚੀ ਸਭ ਕੁਝ ਲੱਭ ਲਿਆ ਹੋਵੇ ਤੇ ਜਾਣ ਲਿਆ ਹੋਵੇ ਚਿਹਰੇ ਦੀ ਚੰਚਲਤਾ ਅੱਖਾਂ ਚ ਮਧੁਰਤਾ ਨਿਮੀ ਜੀ ਮੁਸਕਰਾਹਟ ਪਹਿਰਾਵੇ ਦੀ ਲਿਸ਼ਕ ਪੋਸ਼ਕ ਤੁਰਨ ਫਿਰਨ ਚ तितਲੀ ਵਾਂਗ ਉਗਾ ਹੀ ਉਗਾ ਹੀ ਗੱਲਬਾਤ ਸ਼ਾਇਦ ਭਰੀ ਅਸਰ ਭਰਪੂਰ ਸ਼ਰਾਰਤੀ ਵੀ ਤੇ ਮਜ਼ਾਕੀਆ ਵੀ। ਦੀਨ ਦੁਨੀਆ ਦੀ ਜਿਵੇਂ ਉਹਨੂੰ ਚੰਗੀ ਖਬਰ ਸੀ, ਜ਼ਿੰਦਗੀ ਦੇ ਜਿਵੇਂ ਉਹਨੂੰ ਸਾਰੇ ਮਤਲਬ ਪਤਾ ਹੋਣ ਤੇ ਇਹ ਵੀ ਪਤਾ ਹੋਵੇ ਕਿ ਜ਼ਿੰਦਗੀ ਕਿਵੇਂ ਜੀਵੀ ਜਾਂਦੀ ਹੈ। ਉਹਦੀਆਂ ਗੱਲਾਂ ਤੋਂ ਮਾਲੂਮ ਹੁੰਦਾ ਸੀ ਜਿਵੇਂ ਉਹਨੂੰ ਜ਼ਿੰਦਗੀ ਦੇ ਉਜਲੇ ਹਨੇਰੇ ਤੇ ਵਿੰਗੇ ਟੇਡੇ ਸਾਰੇ ਰਾਹ ਪਤਾ ਹੋਣ। ਰਾਜੂ ਦੇ ਕਿਆਸ ਤੇ ਅੰਦਾਜ਼ੇ ਸੋਨੀ ਨਾਲ ਕੁਝ ਹੀ ਮੁਲਾਕਾਤਾਂ ਚ ਸਹੀ ਤੇ ਜਿਉਂ ਦੇ ਤਿਉਂ ਨਿਕਲੇ ਜਿਵੇਂ ਉਹਨੇ ਸੋਚੇ ਸਨ। ਸੰਜੀਵ ਤੇ ਸੋਨੀ ਇੱਕ ਦੂਜੇ ਦੇ ਉਲਟ ਸੁਭਾਅ ਵਾਲੇ ਸਾਬਤ ਹੋਏ ਉਹਨਾਂ ਨੂੰ ਵੇਖ ਕੇ ਹਰੀ ਕੀ ਬੁੱਝ ਲੰਦਾ ਜਿਵੇਂ ਸੰਜੀਵ ਕਿਸੇ ਪਤਾਲ 'ਚ ਰਹਿਣ ਵਾਲਾ ਜੀਬ ਹੋਵੇ ਤੇ ਸੋਨੀ ਅਸਮਾਨੀ ਉਡਾਰੀਆਂ ਲਾਉਣ ਵਾਲੀ ਕੋਈ ਕੂੰਜ ਕੋਈ ਰੰਗੀਨ ਚਿੜੀ ਸੰਜੀਵ ਤੇ ਰਾਜੂ ਦਾ ਬੇਸ਼ੱਕ ਇੱਕ ਦੂਜੇ ਦੇ ਘਰ ਪਹਿਲਾਂ ਹੀ ਆਉਣਾ ਜਾਣਾ ਕਾਫੀ ਸੀ ਪਰ ਸੋਨੀ ਦੇ ਆਉਣ ਨਾਲ ਇਹਨਾਂ ਦੀਆਂ ਮੁਲਾਕਾਤਾਂ ਹੋਰ ਵੀ ਵੱਧ ਗਈਆਂ ਰਾਜੂ ਦਾ ਸ਼ੱਕ ਜਲਦੀ ਅਸਲੀਅਤ 'ਚ ਬਦਲਣ ਲੱਗਾ ਜਦੋਂ ਕੁਝ ਹੀ ਦਿਨਾਂ 'ਚ ਦੋਹਾਂ ਜੀਵਾਂ ਵਿੱਚ ਫਿੱਕਾ ਪੌਣ ਫਿਕਰ ਪਣਾਉਣਾ ਸ਼ੁਰੂ ਹੋ ਗਿਆ ਜੀਵਨ ਪੰਦ ਨਿਕੜਦੇ ਮਹਿਸੂਸ ਹੋਣ ਲੱਗੇ ਖਿੱਚਾ ਤਾਣੀ ਵਧ ਗਈ ਜਦੋਂ ਰਾਜੂ ਕੋਲ ਆਂਦੇ ਸੋਨੀ ਅਕਸਰ ਹੀ ਸੰਜੀਵ ਦੀਆਂ ਸ਼ਿਕਾਇਤਾਂ ਕਰਦੀ ਸ਼ਿਕਾਇਤਾਂ ਉਹਦੇ ਵਿਹਾਰ ਬੋਲ ਚਾਲ ਪਹਿਨਣ ਖਾਣ ਦੀਆਂ ਉਹ ਨੂੰ ਹਮੇਸ਼ਾ ਰਾਜੂ ਵਾਂਗ ਪਹਿਨ ਪੱਛਰ ਕੇ ਰਹਿਣ ਲਈ ਕਹਿੰਦੀ ਉਹਦੇ ਵਰਗੀ ਮਿੱਠੀ ਬੋਲ ਚਾਲ ਤੇ ਸਹਿਚਾਰ ਅਪਣਾਉਣ ਲਈ ਪ੍ਰੇਰਦੀ ਕਈ ਵਾਰ ਉਹ ਸੰਜੀਵ ਨੂੰ ਰਾਜੂ ਦੇ ਕੱਪੜੇ ਪਵਾ ਕੇ ਸਜੇ ਨੂੰ ਵੇਖ ਕੇ ਤਾਰੀਫ਼ ਕਰਦੀ ਤਾਂ ਉਹ ਲੱਗਦਾ ਜਿਵੇਂ ਸੰਜੀਵ ਦੀ ਨਹੀਂ ਸਗੋ ਰਾਜੂ ਦੀ ਤਾਰੀਫ ਕਰ ਰਹੀ ਹੋਏ ਪਰ ਸੰਜੀਵ ਉੱਪਰ ਇਹ ਸਭ ਕੁਝ ਦਾ ਪੱਥਰ ਬੂੰਦ ਪਈ ਜਿਨ੍ਹਾਂ ਵੀ ਜਿੰਨਾ ਵੀ ਅਸਰ ਨਾ ਹੁੰਦਾ ਸੋਨੀ ਨੇ ਪ੍ਰੇਰਨਾ ਦੇ ਕੇ ਸੰਜੀਵ ਨੂੰ ਵੀ ਰਾਜੂ ਦੇ ਕਾਲਜ ਉਚੇਰੀ ਪੜ੍ਹਾਈ ਲਈ ਦਾਖਲਾ ਲੈ ਦਿੱਤਾ ਕਿ ਸ਼ਾਇਦ ਇਉਂ ਹੀ ਉਸ ਕੋਈ ਤਬਦੀਲੀ ਆ ਜਾਏ ਪਰ ਸਭ ਬੇਅਰਥ ਇਉਂ ਦੋਹਾਂ ਮੀਆਂ ਬੀਵੀ ਮੀਆਂ ਬੀਵੀ ਵਿੱਚ ਵਿਰੋਧ ਵਧਣ ਲੱਗਾ ਜਦੋਂ ਵੀ ਰਾਜੂ ਦੋਹਾਂ 'ਚ ਖਿੱਚਾ ਬਣਿਆ ਵੇਖਦਾ ਤਾਂ ਝਟਪਟ ਉਸ ਗੱਲ ਦਾ ਆਪ ਕੋਈ ਹੱਲ ਕੱਢ ਕੇ ਉਹਨਾਂ ਦਾ ਤਾਲਮੇਲ ਕਰਵਾ ਦਿੰਦਾ ਰਾਜੂ ਨੇ ਜਿਵੇਂ ਸੋਨੀ ਦੀ ਹਰੇਕ ਰਗ ਪਛਾਣ ਲਈ ਸੀ ਸੋਨੀ ਨੇ ਜੋ ਫਿਲਮ ਵੇਖਣੀ ਹੁੰਦੀ ਤਾਂ ਇਸ਼ਾਰਾ ਰਾਜੂ ਨੂੰ ਕਰਦੀ ਘੁੰਮਣ ਫਿਰਨ ਜਾਣਾ ਹੁੰਦਾ ਜਾਂ ਬਾਜ਼ਾਰ ਹੋਟਲ ਜਾਣਾ ਹੁੰਦਾ ਸਿਫਾਰਿਸ਼ ਰਾਜੂ ਕੋਲ ਪੁੱਜਦੀ ਤੇ ਰਾਜੂ ਜਿਵੇਂ ਸੰਜੀਵ ਤਾਲੇ ਦੀ ਚਾਬੀ ਬਣ ਗਿਆ ਸੀ ਸੰਜੀਵ ਨੂੰ ਵੀ ਆਪਣੇ ਨਾਲੋਂ ਵੱਧ ਰਾਜੂ 'ਤੇ ਭਰੋਸਾ ਸੀ ਵਿਸ਼ਵਾਸੀ ਕੇ ਰਾਜੂ ਨੂੰ ਉਸ ਨਾਲੋਂ ਵੱਧ ਗਿਆਨ ਤੇ ਸੂਝ ਹੈ ਵੱਧ ਜਰਮ ਹੈ ਦੋਆਂ ਜੀਆਂ ਨੇ ਜਦੋਂ ਵੀ ਕੋਈ ਚੀਜ਼ ਲੈਣੀ ਹੁੰਦੀ ਕੱਪੜੇ ਆਦਿ ਖਰੀਦਨੇ ਹੁੰਦੇ ਜਾਂ ਬਾਹਰ ਘੁਮਣ ਫਿਰਨ ਜਾਣਾ ਹੁੰਦਾ ਫਿਲਮ ਵੇਖਣੀ ਹੁੰਦੀ ਹਮੇਸ਼ਾ ਰਾਜੂ ਨੂੰ ਤੱਕੜੀ ਦੇ ਦੋ ਪਲੜਿਆਂ 'ਚ ਡੰਡੀ ਵਾਂਗ ਰੱਖਦੇ ਰਾਜੂ ਕਈ ਵਾਰ ਦੋਆ ਵਿੱਚ ਘਰੋਂ ਨਿਕਲਣ ਦੀ ਕੋਸ਼ਿਸ਼ ਕਰਦਾ ਕੋਈ ਬਹਾਨਾ ਮਾਰ ਕੇ ਕਿ ਸਲਮਾਰ ਨਹੀਂ ਚਾਹੁੰਦਾ ਵੀ ਪਰ ਸੋਨੀ ਅੱਗੋਂ ਉਹਦੀ ਕੰਨ ਚੱਲਦੀ ਜਦੋਂ ਸੋਨੀ ਨਖਰੇ ਤੇ ਅੰਦਾਜ਼ ਤੋਂ ਮੂੰਹ ਜਿਹਾ ਵੱਟ ਕੇ ਕਹਿੰਦੀ ਕੀ ਕਿਸੇ ਆਪਣੇ ਉੱਪਰ ਇੰਨਾ ਵੀ ਜ਼ੋਰ ਨਹੀਂ ਕਿ ਬਾਹਰ ਅੰਦਰ ਨਾਲ ਲਿਆ ਜਾ ਸਕੇ ਫਿਰ ਕਹਿਕਾ ਮਾਰ ਕੇ ਹੱਸਦੀ ਸੱਚੀ ਰਾਜੂ ਵੱਡੇ ਜੀਜਾ ਜੀ ਨਾਲ ਮੈਂ ਹੂ ਬਹੂ ਤੇਰੇ ਵਾਂਗ ਹੀ ਕਰਦੀ ਹੁੰਦੀ ਸੀ ਮੇਰੇ ਨਾਲ ਚਾਹੁੰਦੇ ਆ ਵੀ ਉਹ ਮੈਨੂੰ ਜ਼ਬਰਦਸਤੀ ਨਾਲ ਖਿੱਚ ਤੁਰਦੇ ਸਨ ਭੈਣ ਭਾਵੇਂ ਉਹਨਾਂ ਨੂੰ ਗੁੱਸੇ ਹੀ ਹੁੰਦੇ ਰਹਿੰਦੀ ਪਰ ਇੱਥੇ ਉਲਟਾ ਮੈਂ ਤੈਨੂੰ ਜ਼ਬਰਦਸਤੀ ਨਾਲ ਖਿੱਚਦੀ ਆ ਅਜਾਈ ਆਪਣਾ ਅਤ ਭਰੇ ਝਟਕੇ ਰਾਜੂ ਕਿੱਥੋਂ ਸਹਾਰ ਸਕਦਾ ਸੀ ਉਹਦੀ ਸੁਬਾ ਸ਼ਾਮ ਤੇ ਛੁੱਟੀ ਦੇ ਹਰੇਕ ਦਿਨ ਦੀ ਵੀ ਉਹ ਤੋਂ ਸੋਨੀ ਦੀ ਉਦੇੜ ਬੁੰਚ ਸੀਤੀ ਹੁੰਦੀ ਦਿਨ ਬੀਤੇ ਗਏ ਰਾਜੂ ਦਾ ਵਿਆਹ ਹੋ ਗਿਆ ਪਤਨੀ ਆਈ ਰਾਜੂ ਨਾਲੋਂ ਹਰ ਇੱਕ ਗੱਲ ਉਲਟ ਦੋਹਾਂ ਦੇ ਖਿਆਲਾਂ ਦਾ ਹਜ਼ਾਰਾਂ ਮੀਲਾਂ ਦਾ ਫਾਸਲਾ ਕੋਈ ਅਜਨਬੀ ਵੀ ਤੁਰੇ ਜਾਂਦੇ ਆ ਜਾਣ ਜਾਂਦਾ ਤੇ ਫਿਰ ਸੋਨੀ ਜੀ ਨੇ ਰਾਜੂ ਨੂੰ ਸੰਜੀਵ ਨਾਲੋਂ ਵੱਧ ਜਾਣਿਆ ਤੇ ਪੋਟਾ ਪੋਟਾ ਪੜ ਲਿਆ ਸੀ ਕਿਵੇਂ ਨਾ ਜਾਣ ਸਕਦੀ ਉਹ ਤਾਂ ਨਿਗਾਹਾਂ ਨਾਲ ਹੀ ਮਾਮਲੇ ਨੂੰ thora andar tak ਪੜ ਜਾਂਦੀ ਸੀ ਅੰਦਰਲੀ ਗੱਲ ਬੁੱਝ ਕੇ ਉਹਦਾ ਹੱਲ ਤੇ ਜਵਾਬ ਉਸ ਕੋਲ ਘੜਿਆ ਪਿਆ ਹੁੰਦਾ ਸੀ ਸੋਨੀ ਨੇ ਰਾਜੂ ਦੀ ਪਤਨੀ ਨੀਟੂ ਨੂੰ ਆਪਣੇ ਤੇ ਰਾਜੂ ਦੀ ਹਮ ਖਿਆਲ ਬਣਾਉਣ ਦੀ ਬੇਹੱਦ ਕੋਸ਼ਿਸ਼ ਕੀਤੀ ਪਰ ਇਹ ਸਭ ਕੁਝ ਦਾ ਸਗੋਂ ਉਲਟਾ ਹੀ ਅਸਰ ਹੁੰਦਾ ਸੋਨੀ ਦੀ ਕੋਈ ਵੀ ਸਲਾਹ ਨੀਟੂ ਦੇ ਸੱਤੀ ਕੱਪੜੀਆਂ ਅੱਗ ਲਾ ਜਾਂਦੀ ਉਹ ਨੂੰ ਸੋਨੀ ਕਾਣੀ ਅੱਖ ਨਾ ਪਾਉਂਦੀ ਉਹ ਰਾਜੂ ਨੂੰ ਕਈ ਵਾਰ ਕਹਿੰਦੀ ਇਹ ਕੌਣ ਹੁੰਦੀ ਹੈ ਸਾਡੇ ਦੋਹਾਂ ਜੀਆਂ ਦੇ ਮਾਮਲੇ 'ਚ ਦਖਲ ਦੇਣ ਵਾਲੀ ਪਰ ਰਾਜੂ ਹਮੇਸ਼ਾ ਐਵੇਂ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰੀਦਾ ਕਹਿ ਕੇ ਟਾਲ ਜਾਂਦਾ ਤੇ ਜਦੋਂ ਵੀ ਦੋਵੇਂ ਜੋੜੀਆਂ ਇਕੱਠੀਆਂ ਹੁੰਦੀਆਂ ਜੇ ਰਾਜੂ ਵੱਲੋਂ ਕੋਈ ਪ੍ਰੋਗਰਾਮ ਰੱਖਿਆ ਜਾਂਦਾ ਤਾਂ ਸੰਜੀਵ ਦੀ ਥਾਂ ਸੋਨੀ ਹਾਂ ਕਰਕੇ ਸਿਰੇ ਚੜਾ ਚੜਾ ਦਿੰਦੀ ਤੇ ਜੇ ਸੋਨੀ ਸੋਨੀ ਦੀ ਕੋਈ ਫਰਮਾਇਸ਼ ਹੁੰਦੀ ਤਾਂ ਰਾਜੂ ਸੰਜੀਵ ਨੂੰ ਕਹਿ ਕੇ ਪੂਰੀ ਕਰਵਾ ਦਿੰਦਾ ਨੀਟੂ ਕਈ ਬਹਾਨੇ ਕਰਦੀ ਹੱਥ ਪੈਰ ਮਾਰਦੀ ਪਰ ਤਿੰਨਾ ਅੱਗੇ ਉਹਦੀ ਇੱਕ ਨਾ ਚੱਲਦੀ ਇਸ ਗੱਲੋਂ ਸਤਕੇ ਉਹ ਜ਼ਿਆਦਾਤਰ ਆਪਣੇ ਪੇਕੇ ਹੀ ਤੁਰੀ ਰਹਿੰਦੀ ਸੰਜੀਵ ਸੋਨੀ ਦੇ ਵਿਆਹ ਨੂੰ 5 ਸਾਲ ਬੀਤਣ ਲੱਗੇ ਸਨ ਪਰ ਅਜੇ ਤੱਕ ਸੋਨੀ ਦੀ ਕੋ ਖਰੀ ਨਹੀਂ ਸੀ ਹੋਈ ਤਕਰੀਬਨ ਹਰੇਕ ਔਰਤ ਦੀ ਵਿਆਹ ਪਿਛੋਂ ماں ਬਣਨ ਦੀ प्रबल ਇੱਛਾ ਹੁੰਦੀ ਹੈ ਪਰ ਸੋਨੀ ਨੂੰ ਅਜਿਆ ਕੁਝ ਵੀ ਮਹਿਸੂਸ ਨਹੀਂ ਸੀ ਹੁੰਦਾ ਉਹਦੇ ਚਿਹਰੇ ਉੱਪਰ ਕਦੀ ਵੀ ਇਸ ਗੱਲ ਦੀ ਤਮੰਨਾ ਜਾਂ مایوسی ਨਜ਼ਰ ਨਹੀਂ ਸੀ ਆਉਂਦੀ ਸ਼ਾਇਦ ਉਹ ਬੱਚੇ ਦੀ ਲੋੜ ਹੀ ਨਹੀਂ ਸੀ ਸਮਝਦੀ ਜਿਵੇਂ ਉਹਨੂੰ ਬੱਚੇ ਦਾ ਹੋਣਾ ਉਹਦੀ ਆਜ਼ਾਦੀ ਘੁਮਣ ਫਿਰਨ ਜਾਇਸ਼ ਵਿੱਚ ਫਰਕ ਪੈ ਜਾਣਦਾ ਅੜਿੱਕਾ ਪੈ ਜਾਣ ਦਾ ਡਰ ਸੀ ਅੱਜਕੱਲ੍ਹ ਆਂਡ ਗਵਾਂਡ ਜਨਾਨੀਆਂ ਦੀ ਚਰਚਾ 'ਚ ਸੋਨੀ ਦਾ ਨਾਮ ਹੁੰਦਾ ਸੀ ਉਹਦੇ ਫੈਸ਼ਨ ਪਹਿਰਾਵੇ ਹੱਸਾ ਹੱਸਾ ਠੱਠਾ ਖੁੱਲਾ ਸੁਬਾ ਚੰਚਲਤਾ ਤੇ ਰਾਜੂ ਦੇ ਘਰ ਆਉਣ ਜਾਣ ਦੀ ਤੇ ਕੋ ਖਰੀ ਨਾ ਹੋਣਦੀਆਂ ਗੱਲਾਂ ਕਰਦੀਆਂ ਨੀ ਛੱਡੋ ਇਹ ਜੀਆਂ ਦੇ ਕੀ ਹੋਣੇ ਕੋਈ ਗੱਲ ਖਤਮ ਕਰਨ ਦੇ ਲਹਿਜੇ ਨਾਲ ਕਹਿੰਦੀ ਨੀ ਜੇ ਦੋ ਖਸਮ ਰੱਖ ਕੇ ਵੀ ਕੁਝ ਨਹੀਂ ਬਣਿਆ ਤਾਂ ਫੇਰ ਗਲੀ ਦੀ ਚਲਾਕੋ ਰਾਣੀ ਤਾੜੀ ਮਾਰ ਕੇ ਹੱਸਦੀ ਆ ਅੰਦਰ ਵੜ ਜਾਂਦੀ ਤੇ ਇਉਂ ਉਹਨਾਂ ਦੀ ਮਹਿਫਿਲ ਖਤਮ ਹੋ ਜਾਂਦੀ ਰੱਬ ਸਬੱਬੀ ਕਿਤੇ ਸੰਜੀਵ ਦੀ ਮਾਂ ਕੋਲ ਚਿਰ ਲਈ ਨੂੰਹ ਪੁੱਤ ਕੋਲ ਆਟਪਕੇ ਆਈ ਪਹਿਲਾਂ ਵੀ ਸੀ ਕਈ ਵਾਰ ਪਰ ਇੱਕ ਅੱਦੇ ਦਿਨ ਤੋਂ ਬਾਅਦ ਉਹ ਕਦੀ ਨਹੀਂ ਸੀ ਰੁਕੀ ਇਸ ਵਾਰ ਉਹ ਕੁਝ ਦਿਨਾਂ ਦੀ ਫੁਰਸਤ ਕੱਢ ਕੇ ਆਈ ਸੀ ਨੂੰ ਨੂੰ ਚੈੱਕ ਕਰਾ ਕੇ ਕੋਈ ਇਲਾਜ ਕਰਾ ਕੇ ਜਾਊਗੀ ਹੁਣ ਅਨਗਵਣ ਦੀਆਂ ਔਰਤਾਂ ਦੀ ਮਹਿਫਿਲ ਸੰਜੀਵ ਦੀ ਮਾਂ ਕੋਲ ਹੀ ਲੱਗਦੀ ਕੋਈ ਨਾ ਕੋਈ ਜਨਾਨੀ ਉਹਦੇ ਕੋਲ ਹਰ ਵੇਲੇ ਬੈਠੀ ਰਹਿੰਦੀ ਇਹ ਔਰਤਾਂ ਦਾ ਇਕੱਠ ਉਹਦੀ ਰੋਟੀ ਖਾਣੀ ਵੀ ਦੁਪਰ ਕਰਨ ਲੱਗਾ ਤਾਉਕਤਾ ਜਾਂਦੀ ਪਰ ਮੂੰਹ ਕੁਝ ਨਾ ਬੋਲਦੇ ਮਤਾ ਸੱਸ ਨੂੰ ਬੁਰਾ ਲੱਗੇ ਭੈਣੇ ਭਾਵੇਂ ਤੈਨੂੰ ਗੁੱਸਾ ਹੀ ਲੱਗੇ ਨੂੰ ਤੇਰੀ ਤਾਂ ਬਸ ਨੀ ਕੀ ਨਾ ਐ ਉਸ ਛੋਕਰੇ ਦਾ ਉਸੇ ਦੇ ਘਰੇ ਵੱਡੀ ਰਹਿੰਦੀ ਐ ਜਾਓ ਇੱਥੇ ਤੂੰ ਨਿਆਣੀ ਤਾਂ ਨਹੀਂ ਭੈਣ ਮੇਰੀ ਆਪ ਦਾ ਭਾਈ ਬੜੇ ਪੜਿਆ ਵਿਚਾਰੋ ਗਵਾਂਡਣ বিছਨ ਦੇਈ ਨੇ ਸੋਨੀ ਨੂਰ ਸੋਇ ਚ ਰੁੱਜੀ ਵੇਖ ਕੇ ਲਾਜਵੰਤੀ ਦੇ ਕੰਨ ਹੂ ਕੁਮਾਰ ਕੇ ਉਹਦੇ ਚਿਹਰੇ ਦਾ ਰੰਗ ਪਾਪੜ ਲੱਗ ਪਈ ਲਾਜਵੰਤੀ ਨੂੰ ਜਿਵੇਂ ਰਾਜੂ ਦਾ ਘਰੇ ਆਉਣਾ ਰੜਕਣ ਲੱਗ ਪਿਆ ਉਨੇ ਸੋਨੀ ਤੇ ਸੰਜੀਵ ਨੂੰ ਉਹਦੇ ਘਰ ਜਾਣ ਤੋਂ ਵਰਜਣਾ ਸ਼ੁਰੂ ਕਰ ਦਿੱਤਾ ਨੂੰ ਸੱਤਸ ਵਿੱਚ ਹੀ ਨੋਕ ਚੋਕ ਵਦਨ ਕਰਕੇ ਆਪਸ ਚ ਕੌੜੀਆਂ ਕਸੈਲੀਆਂ ਰਹਿਣ ਲੱਗ ਪਈਆਂ ਸੰਜੀਵ ਕਈ ਵਾਰ ਉਹਨਾਂ ਦੀ ਖਿੱਚਾ ਤਾਣੀ ਜੇ ਗੱਲ ਵਿੱਚ ਗੱਲਾਂ ਚ ਮਹਿਸੂਸ ਤਾਂ ਕਰਦਾ ਪਰ ਦੋਹਾਂ ਚ ਕਿਸੇ ਨੂੰ ਵੀ ਕੁਝ ਪੁੱਛਣ ਦੀ ਉਹਦੀ ਹਿੰਮਤ ਨਾ ਪੈਂਦੀ ਸੋਨੀ ਤੇ ਸੰਜੀਵ ਦਾ ਰਾਜੂ ਕੋਲ ਤੇ ਉਹਦੇ ਇਹਨਾਂ ਉਹਦਾ ਇਹਨਾਂ ਦੇ ਘਰ ਆਉਣਾ ਜਾਣਾ ਭਾਵੇਂ ਘੱਟ ਜ਼ਰੂਰ ਗਿਆ ਸੀ ਪਰ ਅਸਲੋਂ ਬੰਦ ਨਹੀਂ ਸੀ ਹੋਇਆ ਦੂਜੇ ਪਾਸੇ ਸੋਨੀ ਤੇ ਰਾਜੂ ਦੀ ਖੁੱਲੀ ਗੱਲਬਾਤ ਤੇ ਹਾਸੇ ਮਜ਼ਾਕ ਉੱਤੇ ਤਾਂ ਭੋਰਾ ਜਿੰਨਾ ਵੀ ਅਸਰ ਨਹੀਂ ਸੀ ਹੋਇਆ ਇੱਕ ਦਿਨ ਚਾਹ ਪੀਂਦੇ ਆ ਨਾਲ ਉਬਲੇ ਆਂਡੇ ਖਾਂਦੇ ਆ ਖਾਂਦੇ ਆ ਸੋਨੀ ਨੇ ਅੱਧੀ ਫਾੜੀ ਆਪ ਖਾ ਕੇ ਬਚਦੀ ਰਾਜੂ ਦੇ ਮੂੰਹ 'ਚ ਧੱਕ ਦਿੱਤੀ ਤੇਵੇਂ ਇੱਕ ਦਿਨ ਸੇਬ ਖਾਂਦੇ ਆ ਰਾਜੂ ਦੇ ਖਾਂਦੇ ਆ ਖੰਦੇ ਆ ਉਹੀ ਖੋ ਕੇ ਆਪ ਖਾਣ ਲੱਗ ਪਈ ਪੁੱਤਰ ਕਿਸੇ ਉੱਪਰ ਜ਼ਿਆਦਾ ਤੇ ਜੀਦਾ ਨਹੀਂ ਹੁੰਦਾ ਕਈ ਵਾਰ ਸੰਜੀਵ ਨੂੰ ਮਾਂ ਤੇ ਗਵੰਡਨ ਸੰਤੀ ਬੁੜੀ ਦਾ ਕਿਹਾ ਖਟਕਦਾ ਉਹ ਆਪਣੀ ਸੋਚ ਨੂੰ ਦੁਰਕਾਰ ਕੇ ਠੁੱਕ ਛੱਡਦਾ ਉਹ ਰਾਜੂ ਤੇ ਸੋਨੀ ਦੀ ਇਸ ਖੁੱਲੀ ਖੁੱਲ ਜਖੜ ਮਸਤੀ ਨੂੰ ਜ਼ਰਾ ਵੀ ਉਪਰ ਆ ਜਾ ਬੁਰਾ ਨਾ ਸਮਝਦਾ ਸਗੋਂ ਐਸੀਆਂ ਸ਼ਰਾਰਤਾਂ ਹਾਸੇ ਮਜ਼ਾਕ ਤੇ ਬਦਲ ਜਾਂਦੀਆਂ ਜਦੋਂ ਰਾਜੂ ਸ਼ਰਾਰਤ ਨਾਲ ਸੋਨੀ ਦੀ ਉਂਗਲ ਤੇ ਬੋਲੀ ਜਿੱਦਨ ਦੀ ਵੜ ਦਿੰਦਾ ਜਦੋਂ ਰੋਟੀ ਖਾਂਦੇ ਆ ਬੁਰਕੀ ਉਹਦੇ ਮੂੰਹ 'ਚ ਪਾਉਂਦੀ ਵੇਖ ਲੈਣਾ ਇਹਨੇ ਰੰਨ ਹੱਥੋਂ ਗਵਾ ਲੈਣੀ ਹੈ ਕਈ ਵਾਰ ਆਉਂਦੇ ਜਾਂਦੇ ਸੰਜੀਵ ਦੇ ਕੰਨੀ ਔਰਤਾਂ ਦੇ ਬੋਲ ਜਦੋਂ ਪੈਂਦੇ ਤਾਂ ਉਹ ਠੱਠੰਬਰ ਕੇ ਖੜਾ ਹੋ ਜਾਂਦਾ ਥੋੜਾ ਪੈਰ ਮਲ ਕੇ ਉਹ ਫੇਰ ਤੁਰ ਜਾਂਦਾ ਲਾਜਵੰਤੀ ਸੋਨੀ ਨੂੰ ਹੁਣ ਹਰੇਕ ਗੱਲੋਂ ਟੋਕਦੀ ਰਹਿੰਦੀ ਵਰਜਦੀ ਰਹਿੰਦੀ ਦੋ ਅੰਝ ਕਲੇਸ਼ ਵੱਧਦਾ ਗਿਆ ਬਹੁ ਤੇਰੇ ਚੱਜ ਚੰਗੇ ਨਹੀਂ ਕਹਿ ਕੇ ਲਾਜਵੰਤੀ ਇਸ਼ਾਰਾ ਜਿਹਾ ਕਰਦੀ ਪਰ ਸਿੱਧੇ ਤੌਰ ਤੇ ਕੋਈ ਗੱਲ ਨਾ ਕਹਿੰਦੀ ਕੁਝ ਹੀ ਦਿਨਾਂ ਚ ਸੋਨੀ ਦੀ ਗੰਭੀਰਤਾ ਵੱਧਦੀ ਗਈ ਚੰਚਲਤਾ ਘਟਦੀ ਗਈ ਸੂਖੀ ਖਤਮ ਹੋਣ ਲੱਗੀ ਚਿਹਰਾ ਮੁਰਝਾਣਾ ਸ਼ੁਰੂ ਹੋ ਗਿਆ ਕਦੀ ਕਦੀ ਉਹ ਸੋਚਾਂ ਚ ਇੰਨਾ ਡੁੱਬ ਜਾਂਦੀ ਕਿ ਉਹ ਨੂੰ ਆਪਣੇ ਆਪ ਦਾ ਵੀ ਪਤਾ ਨਾ ਰਹਿੰਦਾ ਉਹ ਕੀ ਕਰ ਰਹੀ ਹੈ ਸੱਤ ਸੂਸਵਲ ਹਰ ਵੇਲੇ ਕੋੜੀ ਅੱਖ ਨਾਲ ਵੇਖਦੀ ਖਾਸ ਕਰਕੇ ਜਦੋਂ ਰਾਜੂ ਘਰ ਆਉਂਦਾ ਉਹ ਸੋਨੀ ਨੂੰ ਕੁੜਕ ਦੀ ਰਾਜੂ ਨੂੰ ਵੀ ਇਹ ਸਾਰਾ ਕੁਝ ਰੜਕਣ ਲੱਗਾ ਇੱਕ ਦਿਨ ਲਾਜਵੰਤੀ ਨੇ ਰਾਜੂ ਨੂੰ ਕਹੀ ਦਿੱਤਾ ਕਾਕਾ ਸੰਜੀਵ ਨੂੰ ਬਾਹਰ ਹੀ ਮਿਲਿਆ ਕਰੋ ਉਸ ਦਿਨ ਤੋਂ ਰਾਜੂ ਨੇ ਸੰਜੀਵ ਦੇ ਘਰ ਆਉਣਾ ਬਿਲਕੁਲ ਹੀ ਬੰਦ ਕਰ ਦਿੱਤਾ ਤੇ ਜੇ ਆਉਂਦਾ ਵੀ ਤਾਂ ਸੰਜੀਵ ਦਾ ਖਿੱਚਿਆ ਤੂਆ ਖੜਾ ਖੜਾਈ ਮੁਰ ਜਾਂਦਾ ਰਾਜੂ ਤੂੰ ਵੀ ਕਿਉਂ ਮਾਰਨ ਲੱਗਾ ਹੈ ਘਰ ਆਉਣਾ ਕਿਉਂ ਛੱਡਤਾ ਮੌਕਾ ਤੜ ਕੇ ਸੋਨੀ ਰਾਜੂ ਨੂੰ ਮੇਣਾ ਮਾਰ ਕੇ ਪਰ ਰਾਜੂ ਸਮਝਦਾ ਸੀ ਕਿ ਉਹਨਾਂ ਦੇ ਪਰਿਵਾਰ ਦੀ ਬਦ ਅਮਨੀ ਦਾ ਕਾਰਨ ਉਹੀ ਹੈ। ਉਹਨੇ ਸੋਨੀ ਦੀ ਗੱਲ ਆਈ ਗਈ ਕਰ ਛੱਡੀ ਕੋਈ ਤਵੱਜੋ ਨਾ ਦਿੱਤੀ। ਐਵੇਂ ਇੱਕ ਦਿਨ ਸੋਨੀ ਰਾਜੂ ਨੂੰ ਕਮਰੇ 'ਚ ਰੁਕਣ ਲਈ ਤੇ ਡਿਊਟੀ ਨਾ ਜਾਣ ਲਈ ਕਹਿ ਗਈ। ਰਾਜੂ ਕੋਈ ਡਰਿਆ ਸੋਚਾਂ 'ਚ ਪਿਆ ਘੜੀ ਵੱਲ ਵੇਖਦਾ ਹੋਇਆ ਵੀ ਡਿਊਟੀ ਜਾਣ ਦੀ ਤਿਆਰੀ ਕਰਕੇ ਵੀ ਨਾ ਜਾ ਸਕਿਆ। ਉਹਨੂੰ ਖੁਦ ਸਮਝ ਨਹੀਂ ਸੀ ਆ ਰਹੀ ਕਿ ਕਿਉਂ। ਰਾਜੂ ਆਪਣੀ ਪਤਨੀ ਨੀਟੂ ਦੇ ਸਹਾਰੇ ਆਪਣੇ ਆਪ ਨੂੰ ਛੁਪਾਉਣਾ ਚਾਹੁੰਦਾ ਸੀ ਪਰ ਨੀਟੂ ਨੂੰ ਤਾਂ ਜਨੇਪੇ ਲਈ ਗਿਆ। ਮੇਨੇ ਤੋ ਵੱਦ ਸਮਾਂ ਹੋ ਗਿਆ ਸੀ ਸੰਜੀਵ ਦਫਤਰ ਚਲਾ ਗਿਆ ਤੇ ਲਾਜਵੰਤੀ ਗਵਣ ਚ ਕੀਰਤਨ ਸੁਣਾ ਸੋਨੀ ਨੇ ਮੌਕਾ ਤਾੜਿਆ ਬਿਜਲੀ ਦੀ ਲਿਸ਼ਕ ਵਾਂਗ ਰਾਜੂ ਦੇ ਕਮਰੇ ਚ ਜਾਵੜੀ ਅੰਦਰ ਵੜਦੀ ਉਹਨੇ ਬੂਆ ਬੰਦ ਕਰਕੇ ਕੁੰਡੀ ਲਾਤੀ ਰਾਜੂ ਇੱਕਦਮ ਉੱਠ ਕੇ ਖੜਾ ਹੋ ਗਿਆ ਤੇ ਰਾਜੂ ਦੇ ਸਾਹਮਣੇ ਖੜੀ ਉਸ ਵਾਲੀ ਕਟਕ ਵੇਖਦੀ ਰਹੀ ਵੇਖਦੀ ਰਹੀ ਰਾਜੂ ਬੁੱਤ ਵਾਂਗ ਡੋਲ ਉੱਥੇ ਹੀ ਜਿਵੇਂ ਗੁੱਡਿਆਂ ਖੜਾ ਗੱਡਿਆਂ ਖੜਾ ਸੋਨੀ ਦੀ ਅਜਬੂਤ ਹਾਲਤ ਵੇਖਦਾ ਰਿਹਾ ਸੋਨੀ ਅਚਾਨਕ ភੁੱਬਾ ਮਾਰ ਕੇ ਰੋਂਦੀ ਹੋਈ ਰਾਜੂ ਨਾਲ ਚਿੰਬੜ ਗਏ ਰਾਜੂ ਪਛਾਣ ਨੂੰ ਹਟਦਾ ਗਿਆ ਉਹਨੇ ਸੋਨੀ ਨੂੰ ਪਹਿਲਾਂ ਕਦੀ ਵੀ ਐਸੀ ਹਾਲਤ ਵਿੱਚ ਨਹੀਂ ਸੀ ਵੇਖਿਆ ਸੋਨੀ ਰਾਜੂ ਨੂੰ ਚੁੰਮਦੀ ਜਾਂਦੀ ਰੋਈ ਜਾਂਦੀ ਬਾਹਾਂ ਚ ਕੱਸ ਕੇ ਨਬੀੜਦੀ ਜਾਂਦੀ ਸੋਨੀ ਭਾਬੀ ਹੋਸ਼ ਕਰ পাগল ਹੋ ਗਈ ਤੂੰ ਕੀ ਹੋਇਆ ਤੈਨੂੰ ਰਾਜੂ ਉਹਦੀ ਜਕੜ ਚੋਂ ਛੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹਨੂੰ ਹੋਰ ਕੱਸੀ ਜਾ ਰਹੀ ਸੀ ਨਾ ਮੋੜ ਰਾਜੂ ਮੈਨੂੰ ਨਾ ਮੋੜ ਮੈਂ ਸੜਦੀ ਪਈ ਆ ਰਾਜੂ ਮੈਨੂੰ ਠਾਰ ਦੇ ਮੈਨੂੰ ਠੰਡੀ ਸੀਤ ਕਰ ਦੇ ਰਾਜੂ ਮੇਰੇ ਚੁਫੇਰੇ ਪੱਠ ਬਲਦੇ ਹਾਂ ਰਾਜੂ ਮੇਰੀ ਸੱਸ ਨੂੰ ਬੱਚਾ ਚਾਹੀਦਾ ਹੈ ਬੱਚਾ ਉਹ ਮੈਨੂੰ ਬਾਂਝ ਕਹਿੰਦੀ ਹੈ ਗਲੀ ਮਹੱਲੇ ਵਾਲਿਆਂ ਵਾਲੀਆਂ ਮੈਨੂੰ ਬਾਂਝ ਕਹਿੰਦੀਆਂ ਉਹਨਾਂ ਮੇਰੇ ਪੱਲੇ ਤੈਨੂੰ ਪਾਇਆ ਮੈਂ ਕੰਨੀ ਸੁਣਿਆ ਸੰਜੀਵ ਮੇਰਾ ਨਾਂ ਦਾ ਪਤੀ ਹੈ ਰਾਜੂ ਉਹ ਮੈਨੂੰ ਬੱਚਾ ਦੇਣ ਦੇ ਕਾਬਲ ਨਹੀਂ ਮੈਂ ਆਪਣੇ ਚਾਹ ਤੇਰੇ ਉੱਪਰੋਂ ਵਾਰੀ ਹੈ ਰਾਜੂ ਮੈਂ ਤੇਰੇ ਸਹਾਰੇ ਜੀਉਂਦੀ ਹਾਂ ਕੀ ਪੀ ਕਹਿੰਨੀ ਹੈ ਭਾਬੀ ਇਹ ਨਹੀਂ ਹੋ ਸਕਦਾ ਇਹ ਵਿਸ਼ਵਾਸਘਾਤ ਹੈ ਭਾਬੀ ਇਹ ਪਾਪ ਹੈ ਸੰਜੀਵ ਲੋਕਾਂ ਦੀਆਂ ਨਜ਼ਰਾਂ 'ਚ ਮੇਰਾ ਪਤੀ ਹੈ ਸਾਰੇ ਮੈਨੂੰ ਤੇਰੀ ਕਹਿੰਦੇ ਆ ਰਾਜੂ ਤੇਰੀ ਮੈਂ ਵੀ ਤੈਨੂੰ ਹੀ ਸਭ ਕੁਝ ਮੰਨਿਆ ਹੁਣ ਮੈਂ ਤੈਨੂੰ ਪਾ ਕੇ ਰਹੂੰਗੀ ਰਾਜੂ ਮੈਨੂੰ ਮੋੜਨਾ ਮੈਨੂੰ ਨਾ ਠੁਕਰਾ ਸੋਨੀ ਭਾਬੀ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਕਿ ਤੂੰ ਇੱਥੋਂ ਤੱਕ ਨਹੀਂ ਰਾਜੂ ਨਹੀਂ ਤੂੰ ਮੈਨੂੰ ਜੋ ਮਰਜ਼ੀ ਸਜ਼ਾ ਦੇ ਲੈ ਮੇਰੇ ਟੋਟੇ ਕਰ ਦੇ ਪਰ ਮੈਨੂੰ ਖਾਲੀ ਨਾ ਮੋੜ ਇਹ ਕਹਨੇ ਆ ਸੋਨੀ ਫਿਰ ਰਾਜੂ ਨੂੰ ਚਿੰਬੜਨ ਲੱਗੀ ਉਹਨੇ ਝਟਕੇ ਨਾਲ ਪਿੱਛੇ ਹੋ ਕੇ ਸੋਨੀ ਨੂੰ ਪਰਾਂ ਵਗਾ ਮਾਰਿਆ ਰਾਜੂ ਮੈਂ ਤਾਂ ਮਿੱਟੀ 'ਚ ਮਿਲੀ ਪਈ ਐ ਲੈ ਮੈਂ ਤੇਰੀ ਦੋਸਤੀ ਤੇ ਵਫਾਦਾਰੀ ਵੇਖਦੀ ਐ ਉਹਦੀਆਂ ਅੱਖਾਂ ਲਾਲ ਹੋ ਗਈਆਂ ਮੱਥੇ ਤੇ ਧੂੜੀਆਂ ਪੈ ਗਈਆਂ ਸ਼ਕਲ ਬੇਸ਼ਕਲ ਹੋ ਗਈ ਮੁੱਠਾ ਮੀਚਦੀ ਦੰਦ ਕਰੀਚਦੀ ਹੋਈ ਉਹ ਦਰਵਾਜ਼ਾ ਖੋਲ ਕੇ ਨੇਰੀ ਵਾਂਗ ਜਿਵੇਂ ਆਈ ਸੀ ਚਲੀ ਗਈ ਮੈਂ ਲੁੱਟ ਲਈ ਵੇ ਲੋਕੋ ਮੈਂ ਮਰ ਗਈ ਵੇ ਹਾਈ ਬਦਨ ਦੇ ਕੱਪੜੇ ਪਾੜੀ ਸਿਰ ਦੇ ਵਾਲ ਖੰਡਾਈ ਸੋਨੀ ਆਪਣੇ ਘਰ ਦੇ ਬੂਏ ਅੱਗੇ ਖੜੀ ਸੀ ਹਾਈ ਨਹੀਂ ਮੈਂ ਮਰ ਗਈ ਮਰ ਜਾਣ ਤੇਰੇ ਜਾਣ ਦੇ ਉਹੀ ਗੱਲ ਹੋਈ ਜਿਹਦਾ ਡਰ ਸੀ ਹਾਲ ਦੁਵਾਈ ਕਰਦੀ ਸ਼ਕੁੰਤਲਾ ਭੱਜੀ ਆਈ ਤੇ ਉਹਨੂੰ ਬਾਹੋਂ ਫੜ ਕੇ ਅੰਦਰ ਲੈ ਗਈ ਚੁੱਪ ਕਰਨੀ ਚਬਲੋ ਤੇਰੇ ਮਰ ਜਾਣ ਜਾਣ ਦੇ ਚੁੱਪ ਕਰਕੇ ਚਾਲ ਅੰਦਰ ਫਿਰ ਵੀ ਇੱਕ ਇੱਕ ਕਰਕੇ ਕਿੰਨੀਆਂ ਹੀ ਜਨਨੀਆਂ ਕੋਸਰਮਸਰ ਕਰਦੀਆਂ ਰਾਜੂ ਦੇ ਖੁੱਲੇ ਪਏ ਦਰਵਾਜ਼ੇ ਵੱਲ ਓਕੜ ਓਕੜ ਵੇਖ ਰਹੀਆਂ ਸਨ ਪਰ ਉਹ ਕਦੋਂ ਦਾ ਘਰੋਂ ਚਾ ਚੁੱਕਾ ਸੀ ਧੰਨਵਾਦ